ਸਤਿ ਸ਼੍ਰੀ ਅਕਾਲ ਜੀ, ਮੈਂ ਹਰਜਿੰਦਰ ਸਿੰਘ ਕਤਨਾ ਅਤੇ ਇਸ ਵਕਤ ਅਸੀਂ ਨੈਸ਼ਨਲ ਹਾਈਵੇ 54 ਅਤੇ ਪਿੰਡ ਕੋਟ ਕਰੋੜ ਕਲਾਂ ਦੇ ਟੂਲ ਪਲਾਜੇ 'ਤੇ ਮੌਜੂਦ ਹਾਂ, ਜਿੱਥੇ ਪਿਛਲੀ 15 ਤਰੀਕ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਟੂਲ ਪਲਾਜੇ 'ਤੇ ਧਰਨਾ ਦਿੱਤਾ ਹੋਇਆ ਅਤੇ ਉਸ ਤੋਂ ਹੀ ਮਤਲਬ ਇਸ ਇੱਥੋਂ ਨਿਕਲਣ ਵਾਲੇ ਵਾਹਨਾਂ ਨੂੰ ਇਹਨਾਂ ਨੇ ਪਰਚੀ ਮੁਕਤ ਕਰ ਦਿੱਤਾ ਹੈ। ਹੁਣ ਕੋਈ ਵੀ ਵਾਹਨ ਇੱਥੋਂ ਬਿਨਾਂ ਪਰਚੀ ਦੇ ਕੇ ਫਿਲਹਾਲ ਤੌਰ 'ਤੇ ਗੁਜ਼ਰ ਸਕਦਾ ਹੈ। ਕਦੋਂ ਤੱਕ ਇਹ ਧਰਨਾ ਚੱਲਦਾ, ਕੀ ਇਹਨਾਂ ਦੀਆਂ ਮੰਗਾਂ ਹੈ, ਉਸ ਨੂੰ ਲੈ ਕੇ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਕੋਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਹਨ, ਅਸੀਂ ਉਹਨਾਂ ਨਾਲ ਗੱਲ, ਕੀ ਮਸਲਾ ਜੀ? ਭਾਅ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਸਰਦਾਰ ਫਤਿਹ ਸਿੰਘ, ਪਿੰਡ ਕੋਟਕੁੜ ਕਲਾਂ, ਭਾਰਤੀ ਜਾਂ ਕਿਸਾਨ ਯੂਨੀਅਨ ਰਜਿਸਟਰਡ ਖੋਸਾ ਦਾ ਮੈਂ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਜੀ। ਜਿਹੜਾ ਸਾਡਾ ਇੱਥੇ ਧਰਨਾ ਲੱਗਣ ਦਾ ਕਾਰਨ ਕੀ ਆ ਜੀ, ਮੇਨ ਕਾਰਨ ਤਾਂ ਦੱਸਿਆ ਵੀ ਜਿਹੜਾ ਸਾਡਾ ਸਰਵਿਸ ਰੋਡ ਆ ਸਾਡੇ ਪਿੰਡ ਦਾ, ਇੱਕ ਪਾਸੇ ਦਾ ਅਜੇ ਸਾਰਾ ਹੀ ਪਿਆ, ਉਵੇਂ ਬਣਾਇਆ ਨਹੀਂ। ਤਕਰੀਬਨ ਇੱਕ ਪਰਿਵਾਰ ਤਾਂ ਇੱਥੇ ਸਾਰਾ ਖਤਮ ਹੀ ਹੋ ਚੁੱਕਾ ਸੀਗਾ, ਐਕਸੀਡੈਂਟ ਹੋ ਗਏ, ਦੂਜੇ ਪਾਸੇ ਜਾਣ ਦੇ ਨਾਲ ਬੱਸ ਚੜ ਗਈ ਦੇ ਉੱਤੇ, ਸਾਰਾ ਹੀ ਖਤਮ ਹੋ ਗਿਆ। ਚਲੋ ਫਿਰ ਵੀ 7 ਸਾਲ ਹੋ ਗਏ ਇਹਨੂੰ ਬਣੇ ਨੂੰ, ਅਸੀਂ ਨਹੀਂ ਬੋਲੇ ਵੀ ਚੱਲ ਹੁਣ ਬਣਾਉਂਦੇ ਆ, ਹੁਣ ਬਣਾਉਂਦੇ ਆ, ਇਹਨਾਂ ਨੇ 7 ਸਾਲ ਲੰਘਾ ਤੇ। ਦੂਜੀ ਸਾਡੀ ਮੰਗ, ਤੁਹਾਨੂੰ ਦੱਸਿਆ ਵੀ 20 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਅਸੀਂ ਫ੍ਰੀ ਕਰਾਉਣਾ ਅਤੇ ਕਾਨੂੰਨ ਮੰਦਰ ਵੀ ਆਉਂਦਾ। ਤੀਜਾ ਸਾਡਾ ਹੈਗਾ ਕਿ ਗੁਜਰਾਂ ਦੇ ਪਸ਼ੂ ਜਿਹੜੇ ਸੜਕ 'ਤੇ ਆਉਂਦੇ, ਜਿੰਨੇ ਵੀ ਦਰਖਤ ਲੱਗੇ ਆ ਉਹ ਸਾਰੇ ਉਹਨਾਂ ਨੇ ਖਰਾਬ ਕਰਤੇ, ਕੋਈ ਇਹਨਾਂ ਦਾ ਬੰਦੋਬਸਤ ਨਹੀਂ, ਉਹਨਾਂ ਨੂੰ ਪਛਾਣ ਕਰਨਾ ਜਾਂ ਹਟਾਉਣਾ। ਫਿਰ ਜਿੰਨਾ ਵੀ ਇਹਦੀਆਂ ਲਾਈਟਾਂ ਲੱਗੀਆਂ ਵੀਰੇ, ਤੁਸੀਂ ਰਾਤ ਨੂੰ ਆ ਕੇ ਵੇਖ ਲਿਆ, ਜੋ ਜੇ 100 ਲਾਈਟ ਲੱਗੀ ਤਾਂ 5 ਕੁ ਜਗਦੀਆਂ, ਬਾਕੀ ਸਾਰੀਆਂ ਉਵੇਂ ਪਈਆਂ। ਇਹ ਸਾਡੀਆਂ ਮੰਗਾਂ, ਕਿਸਾਨ ਯੂਨੀਅਨ ਦੀ ਜਿੰਨੀਆਂ ਵੀ ਯੂਨੀਅਨ ਹੈਗੀਆਂ ਉਹਨਾਂ ਦੇ ਆ ਬਿਲਕੁਲ ਲਈ ਪਰਚੀ ਕੱਟਣੀ ਚਾਹੀਦੀ, ਉਹਨਾਂ ਦੇ ਆਈ ਕਾਰਡ ਬਣੇ ਆ, ਆਈ ਕਾਰਡ 'ਤੇ ਲੰਘਣ ਦੇਣਾ ਚਾਹੀਦਾ, ਸਾਡੀਆਂ ਮੇਨ ਮੰਗਾਂ ਵੀਰੇ ਆ। ਮੇਰਾ ਨਾਮ ਕਿਰਪਾਲ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਖੋਸਾ, ਮੈਂ ਸੀਨੀਅਰ ਵੀ ਮਤਲਬ ਪ੍ਰੈਸ ਸਕੱਤਰ ਹਾਂ। ਸਾਡੀ ਮੰਗ ਇਹ ਆ, ਪਹਿਲੀ ਮੰਗ ਕਿ ਜਿਹੜੇ ਪ੍ਰਧਾਨ ਜਿਵੇਂ ਕਿਹਾ ਵੀ ਸਰਵਿਸ ਰੋਡ ਇਹ ਮਤਲਬ ਇਹਨਾਂ ਦਾ ਇਕੱਲੇ ਕੋਟਕੁੜ ਦਾ ਨਹੀਂ ਗਾ, ਤੁਸੀਂ ਪਿੰਡ ਕਲੀਅਰ ਜਾ ਸਕਦੇ ਹੋ, ਪਿਛਲੇ ਪਿੰਡ ਦੇਖ ਸਕਦੇ ਹੋ, ਤੁਸੀਂ ਇੱਧਰ ਆ ਕੇ ਸੇਫਾਂ ਦੇਖ ਸਕਦੇ ਹਾਂ। ਉਹਨਾਂ ਦਾ ਕੋਈ ਵੀ ਮਤਲਬ ਨਹੀਂ ਬਣਿਆ, ਸਰਵਿਸ ਰੋਡ ਆ ਉਹ ਜ਼ਰੂਰੀ ਆ। ਦੂਜੀ ਸਾਡੀ ਮੰਗ ਇਹ ਆ ਵੀ ਜਿਹੜਾ ਮਖੂਲਾ ਪੁਲ ਆ, ਸਭ ਤੋਂ ਜ਼ਿਆਦਾ ਪਰੇਸ਼ਾਨੀ ਉੱਥੇ ਹੁੰਦੀ ਆ, ਉੱਥੇ ਲੋਟਾਂ ਖੁਆ ਵੱਧ ਹੁੰਦੀਆਂ, ਉਸ 'ਤੇ ਮਤਲਬ ਉਹ ਪੁਲ ਪਹਿਲਾਂ ਬਣਨਾ ਚਾਹੀਦਾ, ਜਿੰਨਾ ਚਿਰ ਉਹ ਪੁਲ ਨਹੀਂ ਬਣਦਾ ਉਨਾ ਚਿਰ ਅਸੀਂ ਪਲਾਜਾ ਖਾਲੀ ਨਹੀਂ ਕਰਾਂਗੇ। ਸੁਖਦੇਵ ਸਿੰਘ ਫਿੱਡੀ, ਭਾਰਤੀ ਕਿਸਾਨ ਯੂਨੀਅਨ ਖੋਸਾ, ਵਰਕਿੰਗ ਕਮੇਟੀ ਫਿਰੋਜ਼ਪੁਰ। ਸਾਡੀ ਇਹੀ ਮੰਗ ਆ ਜੀ, ਇੱਕ ਪਰਿਵਾਰ ਦੇ ਕਿੰਨੇ ਨੁਕਸਾਨ ਹੋਇਆ, ਇਹ ਇਹਨਾਂ ਦੀ ਸਰਵਿਸ ਲਾਈਨ ਨਹੀਂ ਬਣੀ ਕਰਕੇ ਉਹਨਾਂ ਦਾ ਪਰਿਵਾਰ ਹੀ ਖਤਮ ਹੋ ਗਿਆ। ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਦੀ ਸਰਵਿਸ ਲਾਈਨ ਜਿਹੜੀ ਸੜਕ ਆ ਉਹ ਜ਼ਰੂਰ ਬਣਨੀ ਚਾਹੀਦੀ ਆ, ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ, ਅਤੇ ਜਿਹੜੇ ਗੁੱਜਰਾਂ ਦੇ ਪਸ਼ੂ ਫਿਰਦੇ ਆ ਲੋਕਾਂ ਦਾ ਨੁਕਸਾਨ ਕਰਦੇ ਆ, ਉਹਨਾਂ ਦਾ ਵੀ ਇਹ ਜ਼ਿੰਮੇਵਾਰ ਹੋਣੇ ਚਾਹੀਦੇ ਆ। ਜਿਹੜੇ ਵੀ ਨੁਕਸਾਨ ਕਰਦੇ ਆ, ਗੁੱਜਰ ਕਰਦੇ ਜਾਂ ਦਰਖਤ ਦਾ ਹੁੰਦਾ, ਇਹਨਾਂ ਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਸਮਝਦੇ ਨਹੀਂ। ਲਾਈਟਾਂ ਤਾਂ ਬੁਝੀਆਂ ਪਈਆਂ, ਲਾਈਟਾਂ ਦਾ ਵੀ ਮੁਕੰਮਲ ਕੰਮ ਹੋਣਾ ਚਾਹੀਦਾ। ਸਾਡੀ ਗੱਲ ਜਦੋਂ ਚੱਲਦੀ ਆ ਅਧਿਕਾਰੀ ਨਾਲ, ਹਰੇਕ ਨੇ ਸਾਡੀ ਗੱਲ ਇਹੀ ਚੱਲਦੀ ਵੀ ਸਾਡੇ ਇਹ ਮੁੱਦੇ ਆ, ਇਹ ਸਾਡੇ ਮੁੱਦੇ ਪੂਰੇ ਹੋਣੇ ਚਾਹੀਦੇ ਆ, ਫਿਰ ਸਾਡਾ ਧਰਨਾ ਅਸੀਂ ਚੱਕਾਂਗੇ ਨਹੀਂ, ਸਾਡਾ ਧਰਨਾ ਜਾਰੀ ਰਹੂਗਾ। ਅਸੀਂ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕੀਤੀ, ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਉਹਨਾਂ ਨੇ ਟੂਲ ਪਲਾਜੇ ਨੂੰ ਬੰਦ ਕਰ ਰੱਖਿਆ। ਉਹਨਾਂ ਦੀਆਂ ਕੁਝ ਮੰਗਾਂ ਕੁਛ ਇਸ ਤਰ੍ਹਾਂ ਹਨ ਕਿ ਜਿਸ ਤਰ੍ਹਾਂ ਕਿਸਾਨਾਂ ਦੀਆਂ ਜੋ ਕਿਸਾਨ ਯੂਨੀਅਨ ਦੇ ਨੁਮਾਇੰਦੇ ਆ ਉਹਨਾਂ ਦੀ ਇਹ ਟੋਲ ਪਰਚੀ ਬੰਦ ਕਰ ਦੇਣ, ਜੋ ਸਰਵਿਸ ਰੋਡਾਂ ਜੋ ਟੋਲ ਪਿੰਡਾਂ ਵਿੱਚ ਦੀ ਰੋਡਾਂ ਨਿਕਲਦੀਆਂ ਟੂਲ ਪਲਾਜੇ ਦੇ ਨੇੜਲਿਓ, ਉੱਥੇ ਇਹਨਾਂ ਦੀਆਂ ਸਰਵਿਸ ਰੋਡਾਂ ਮੁਕੰਮਲ ਨਹੀਂ ਆਉਣ। ਤੀਸਰਾ, ਇੱਕ ਮਖੂ ਦਾ ਇਹਨਾਂ ਨੇ ਮੁੱਦਾ ਉਠਾਇਆ, ਮਖੂ ਕੋਲ ਇਸੇ ਰੋਡ ਦੇ ਉੱਤੇ ਕੋਈ ਪੁਲ ਨਹੀਂ ਬਣਿਆ, ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਉੱਥੇ ਸਾਹਮਣੇ ਕਰ ਰਹੀ ਹੈ। ਇਸ ਤਰ੍ਹਾਂ ਲਾਈਟਾਂ ਦੀ ਗੱਲ ਕੀਤੀ ਹੈ, ਲਾਈਟਾਂ ਘੱਟ ਬਲਦੀਆਂ, ਕੋਈ ਹੋਰ ਵੀ ਮੁਸ਼ਕਲਾਂ ਹਨ ਜੋ ਇਹਨਾਂ ਨੇ ਦੱਸੀਆਂ, ਅਤੇ ਹੁਣ ਇਹ ਸਰਕਾਰ ਦੇ ਪਾਲੇ ਵਿੱਚ ਗੱਲ ਸਿੱਟੀ ਗਈ ਹੈ ਜਾਂ ਇਸ ਟੂਲ ਦੇ ਪ੍ਰਬੰਧਕਾਂ ਦੇ ਵਾਲੇ ਵਿੱਚ, ਉਹ ਇਹਨਾਂ ਦੀਆਂ ਮੁਸ਼ਕਲਾਂ ਕਦੋਂ ਤੱਕ ਹੱਲ ਕਰਦੀ ਹੈ ਅਤੇ ਕਦੋਂ ਤੱਕ ਇਹ ਟੂਲ ਪਲਾਜਾ ਦੁਬਾਰਾ ਚੱਲ ਜਾਵੇ? ਕੈਮਰਾਮੈਨ ਲਖਵਿੰਦਰ ਸਿੰਘ ਪੰਨੂ ਦੇ ਨਾਲ ਹਰਜਿੰਦਰ ਸਿੰਘ ਕਤਨਾ, ਟੋਲ ਪਲਾਜਾ ਕੋਟ ਕਰੋੜ ਕਲਾਂ, ਤਲਵੰਡੀ।